ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਿੱਚ ਬਹੁਤ ਬਿਹਤਰੀਨ ਕਲਾਕਾਰ ਭਰਤੀ ਹੋਏ ਨੇ। ਅਸੀਂ ਲੋਕ ਬੜੀ ਛੇਤੀ ਇੰਨੀ ਗੱਲ ਕਹਿ ਦਿੰਦੇ ਹਾਂ ਕਿ ਪੁਲਿਸ ਕੰਮ ਨਹੀਂ ਕਰਦੀ, ਪਰ ਜੇ ਪੁਲਿਸ ਮੁਲਾਜ਼ਮਾਂ ਦੀ ਜ਼ਿੰਦਗੀ ਦੇ ਅੰਦਰ ਝਾਤੀ ਮਾਰੀਏ ਤਾਂ ਉਹਨਾਂ ਦਰਦ ਵੀ ਕੋਈ ਘੱਟ ਨਹੀਂ ਹੈ। ਹੁਣ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਵਿੱਚ ਇੱਕ ਮੁਲਾਜ਼ਮ ਭਾਵੇਂ ਆਪਣੇ ਅਫਸਰਾਂ ਅਤੇ ਸਾਥੀ ਮੁਲਾਜ਼ਮਾਂ ਦਾ ਮਨੋਰੰਜਨ ਕਰ ਰਿਹਾ ਹੋਵੇ, ਪਰ ਅਸਲ ਵਿੱਚ ਉਹ ਸਾਰੇ ਮੁਲਾਜ਼ਮਾਂ ਦੀ ਸੱਚਾਈ ਪੇਸ਼ ਕਰ ਰਿਹਾ। ਮੁਲਾਜ਼ਮਾਂ ਦੀ ਅਸਲ ਜ਼ਿੰਦਗੀ ਇਸੇ ਤਰ੍ਹਾਂ ਦੀ ਹੀ ਹੈ। 24 ਘੰਟੇ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦਾ ਦਰਦ ਇਸ ਗੀਤ ਵਿੱਚ ਬੜੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ। ਇਸ ਗੀਤ ਵਿੱਚ ਇੱਕ ਔਰਤ ਆਪਣੇ ਪੁਲਸੀਏ ਘਰ ਵਾਲੇ ਨੂੰ ਇੱਕ ਪਾਸਾ ਕਰਨ ਨੂੰ ਕਹਿ ਰਹੀ ਹੈ। ਫੋਨ ਲਾਵਾਂ ਉਹ ਵੀ ਤੂੰ ਤਾਂ ਕੱਟ ਦਿੰਦਾ ਏ, ਤੇਰਾ ਨਿੱਤ ਹੀ ਹੁੰਦਾ ਏ ਦਰਬਾਰ ਵੇ ਪੁਲਸੀਆ। ਫੋਨ ਲਾਵਾਂ ਉਹ ਵੀ ਤੂੰ ਤਾਂ ਕੱਟ ਦਿੰਦਾ ਏ, ਤੇਰਾ ਨਿੱਤ ਹੀ ਹੁੰਦਾ ਏ ਦਰਬਾਰ ਵੇ ਪੁਲਸੀਆ। ਨੌਕਰੀ ਤੂੰ ਛੱਡ ਦੇ ਜਾਂ ਮੈਨੂੰ ਛੱਡ ਦੇ, ਫਰਲੋ ਨਾ ਨਿਭਣੇ ਨੀ ਪਿਆਰ ਵੇ ਪੁਲਸੀਆ। ਨੌਕਰੀ ਤੂੰ ਛੱਡ ਦੇ ਜਾਂ ਮੈਨੂੰ ਛੱਡ ਦੇ, ਫਰਲੋ ਨਾ ਨਿਭਣੇ ਨੀ ਪਿਆਰ ਵੇ ਪੁਲਸੀਆ। 24 ਘੰਟੇ ਦੱਸ ਕਿਹੜੀ ਡਿਊਟੀ ਹੁੰਦੀ ਆ, ਤੇਰੀ ਮੁਨਸ਼ੀ ਨੇ ਮੱਤ ਦਿੱਤੀ ਮਾਰ ਵੇ ਪੁਲਸੀਆ। ਨੌਕਰੀ ਤੂੰ ਛੱਡ ਦੇ ਜਾਂ ਮੈਨੂੰ ਛੱਡ ਦੇ, ਫਰਲੋ ਨਾ ਨਿਭਣੇ ਨੀ ਪਿਆਰ ਵੇ ਪੁਲਸੀਆ। ਸੰਧੂ ਕਲਾ ਖਾਨ ਸੋਹਣੇ ਗੀਤ ਲਿਖਦਾ ਹੈ, ਬਣ ਜਾ ਤੂੰ ਕੋਈ ਕਲਾਕਾਰ ਵੇ ਪੁਲਸੀਆ। ਨੌਕਰੀ ਤੂੰ ਛੱਡ ਦੇ ਜਾਂ ਮੈਨੂੰ ਛੱਡ ਦੇ, ਫਰਲੋ ਨਾ ਨਿਭਣੇ ਨੀ ਪਿਆਰ ਵੇ ਪੁਲਸੀਆ। ਉਹ ਹਾਂ ਵੀ ਅੱਜ ਕਹਿੰਦਾ ਕਿਵੇਂ ਥਾਣੇ 'ਚ, ਕਹਿੰਦਾ ਸਰ ਜੀ ਚੋਰ ਸਾਡੇ ਨੇ ਚੋਰੀ ਕਰਕੇ ਸਾਰਾ ਕੁਝ ਨੇ ਹੂਟ ਕੇ ਧਰ ਕੇ ਭਾਂਡੇ ਵੀ ਨਹੀਂ ਛੱਡੇ, ਉਹਨਾਂ ਸੂਟ ਦੇ ਗਹਿਣੇ ਕੱਢੇ, ਉਹਨਾਂ ਘਰ ਵਾਲੀ ਦੀ ਸੁਰਖੀ ਦਿੰਦੀ, ਉਹ ਵੀ ਫਿਰਦੀ ਗਾਲਾਂ ਦਿੰਦੀ, ਬੱਠਲ ਬਾਲਟੀ ਕੱਲ੍ਹ ਸਲੀਤਾ ਆਟੇ ਵਾਲਾ ਨਾਲੇ ਪੀਪਾ ਚਾਹ ਵਾਲੀ ਥਰਮੋਸ਼ ਕੜਛੀ, ਉਹ ਵੀ ਹਾਲੇ ਨਹੀਂ ਸੀ ਵਰਤੀ। ਕੰਮ ਥੋੜ੍ਹਾ ਜਿਹਾ ਛੇਤੀ ਦਾ ਹੈ, ਲੱਗਦਾ ਹੈ ਕਿ ਭੇਤੀ ਦਾ ਹੈ। ਉਹ ਕਹਿੰਦਾ ਯਾਰ ਤੂੰ ਕੰਮ ਦੱਸ, ਕਹਿੰਦਾ ਸੰਭਾਲ ਕੇ ਰੱਖਿਆ ਕਰੋ, ਪੁਲਿਸ ਵਿਹਲੀ ਆ ਤੁਹਾਡੇ ਨਾ ਸਮਾਨ ਲਈ। ਕਹਿੰਦਾ ਮੁਨਸ਼ੀ ਤੁਸੀਂ ਲਿਖ ਲਓ ਪਰਚਾ, ਜੋ ਬਣੂ ਮੈਂ ਦੇ ਦੂੰ ਖਰਚਾ, ਪਰ ਤੁਸੀਂ ਇਹ ਫੜ ਲਓ ਬੰਦੇ ਕਰਦੇ ਜਿਹੜੇ ਮਾੜੇ ਧੰਦੇ, ਜੁੱਤੀ ਚੱਪਲਾਂ ਤੇ ਜਰਾਬਾਂ ਸਭ ਕੁਝ ਲੈ ਗਏ, ਵਾਂਗ ਨੂੰ ਆਪਾਂ ਕੁੱਤਿਆਂ ਵਾਲੀ ਬੋਰੀ ਲੈ ਗਏ, ਸਮਾਨ ਉਹਦੇ 'ਚ ਪਾ ਕੇ ਲੈ ਗਏ, ਚਟਨੀ ਵਾਲਾ ਕੁੰਡਾ ਲੈ ਗਏ, ਫੇਰ ਕੇ ਸਾਰਾ ਹੁੰਝਾ ਲੈ ਗਏ, ਜਵਾਕਾਂ ਵਾਲੇ ਪੋਤੜੇ ਤੋਂ ਉੱਤੇ ਰੁਮਾਲ ਸਮਝ ਕੇ ਲੈ ਗਏ ਖੋਤੇ। ਕਹਿੰਦਾ ਯਾਰ ਤੂੰ ਐਂ ਦੱਸ ਸਮਾਨ ਕਿੰਨੇ ਕੁ ਦਾ ਸੀ? ਕਹਿੰਦਾ 2-2.5 ਲੱਖ ਦਾ ਸੀ ਜਨਾਬ, ਲਾ ਕੇ ਦੱਸਦਾ ਮੈਂ ਹਿਸਾਬ। LED ਪੂਰੇ 32 ਦੀ ਸੀ, ਫਰਿੱਜ ਕਿਸ਼ਤਾਂ 'ਤੇ ਚੱਕੀ ਸੀ, ਕੰਪਿਊਟਰ ਸੀ 30,000 ਹੀ, ਉਹਦੀ ਵੀ ਉਹਨਾਂ ਲਾਤੀ ਵਾਰੀ, ਫੋਨ ਸਾਡਾ ਕੈਪਲ ਸੀ ਜੀ, ਵਧੀਆ ਰੇਂਜਰ ਸਾਈਕਲ ਸੀ ਜੀ, ਲੈਪਟਾਪ ਵਿੱਚ ਬੈੱਡ ਪਿਆ ਸੀ ਉਹ ਵੀ ਉਹਨਾਂ ਕੱਢ ਲਿਆ ਜੀ, ਘਰ ਵਾਲੀ ਦੇ ਸੈਂਡਲ ਸੀ ਜੀ, ਇੱਕ ਸਾਈਕਲ ਦਾ ਹੈਂਡਲ ਸੀ ਜੀ, ਬੋਤਲ ਇੱਕ ਸੀ ਦਾਰੂ ਵਾਲੀ ਉਹ ਵੀ ਉਹਨਾਂ ਕੰਜਰਾਂ ਪਾਲੀ, ਕੁੱਤਿਆਂ ਵਾਲੀ ਸੰਗਲੀ ਸੀ ਜੀ ਉਹ ਵੀ ਸਾਡੀ ਮੰਗਣੀ ਸੀ। ਕਹਿੰਦਾ ਹੋਰ ਦੱਸ। ਕਹਿੰਦਾ ਦਾਤੀ ਫਰੇ ਤੋਂ ਪੱਖੇ ਸੀ ਜੀ, ਬੜੇ ਸਾਂਭ ਕੇ ਰੱਖੇ ਸੀ ਜੀ, ਗੈਸ ਸਿਲੰਡਰ ਚੁੱਲ੍ਹਾ ਨਾਲੇ ਤੋੜ ਦਿੱਤੇ ਸਭ, ਜਿੰਦੇ ਤਾਲੇ ਬਾਹਰ ਵੱਲੋਂ ਸਭ ਲਾ ਕੇ ਲੈ ਗਏ, ਬੂਟ ਧੋਤੇ ਮੇਰੇ ਪਾ ਕੇ ਲੈ ਗਏ, ਕੋਲਗੇਟ 'ਤੇ ਦੁੱਧ ਵਧਾਣੀ ਕੀ ਦੱਸਾਂ ਮੈਂ, ਆਰਾਮ ਕਹਾਣੀ। 4 ਕਿਲੋ ਸੀ ਕੱਢਿਆ ਖੋਇਆ ਉਹ ਵੀ ਉਹਨਾਂ ਕੰਜਰਾ ਢੋਇਆ, ਚਾਹ ਲਈ ਜਿਹੜਾ ਦੁੱਸੀ ਰੱਖਿਆ ਉਹ ਵੀ ਉਹਨਾਂ ਚੋਰਾਂ ਡੱਫਿਆ, ਕੋਈ ਨਹੀਂ ਛੱਡਿਆ, ਸਭ ਕੁਝ ਲੈ ਗਏ, ਮੈਨੂੰ ਤਾਂ ਵਿੱਚ ਚੱਕਰਾਂ ਪਾ ਕੇ। ਕਹਿੰਦਾ ਹੋਰ? ਕਹਿੰਦਾ ਜੀ ਆਦੇ ਅੰਬ ਦੇ 4 ਦਾ ਡੱਬਾ, ਫਲੱਛ ਵਾਲਾ ਇੱਕ ਲੋਹੇ ਦਾ ਡੱਬਾ। ਉਹ ਕਹਿੰਦਾ ਕੰਜਰਾ ਤੂੰ ਤਾਂ ਜਮੀ ਬੇੜਾ ਗਰਕ ਕਰਤਾ। ਕਹਿੰਦਾ ਕਿ ਤੂੰ ਨਵਾਂ ਪਤਾ ਲਗਾ ਦੇ ਜਾ। ਕਹਿੰਦਾ ਕਹਿੰਦਾ ਲਿਖੋ ਜੀ ਸ਼ਮਸ਼ੇਰ ਮੱਲੀ ਪਿੰਡ ਫੂਲ ਟਿਕਾਣਾ ਪਾਰਕ ਬਾਗ ਦੇ ਮਗਰ ਦੀ ਜਾਣਾ, ਫੋਨ ਨੰਬਰ ਵੀ ਦੱਸਾਂ ਸਰ ਜੀ, ਆਉਣ ਲੱਗੇ ਜਾਂ ਦੇਣਾ ਕਰ ਜੀ 90-565 ਹੈ ਅੱਗੇ ਬਾਹਰ ਤੇ 524 ਲੱਗੇ ਦਿਓ ਜਾਏ ਤਾਂ ਹੁਣ ਮੈਂ ਜਾਵਾਂ, ਪਊਦਾ ਨਹੀਂ ਮੈਨੂੰ ਮੁੜ ਕੇ ਆਉਣਾ। ਉਹ ਕਹਿੰਦਾ ਮੁੜ ਕੇ ਨਹੀਂ ਆਉਣਾ ਪੈਂਦਾ ਯਾਰ, ਤੂੰ ਸਾਡਾ ਚਾਹ ਪਾਣੀ ਕਰ ਤੇ ਜਾ। ਕਹਿੰਦਾ ਕਹਿੰਦਾ ਸਰ ਜੀ 100 ਰੁਪਏ ਕੋਲ ਨੇ ਮੇਰੇ, ਕੋਈ ਰੱਖ ਲਓ, ਕੋਈ ਮੋੜ ਦਿਓ, ਮੇਰੇ ਹੁੰਦੇ ਫਿਕਰ ਨਾ ਕਰਿਓ, ਖੁੱਲ੍ਹੇ ਖਰਚੇ ਰੱਜ ਕੇ ਕਰਿਓ, ਲੋੜ ਪਈ ਤਾਂ ਫਿਰ ਦੱਸ ਦਿਓ, ਕੰਮ ਵਾਲੇ ਪਰ ਪੱਟੇ ਚੱਕ ਦਿਓ, ਪੈਸੇ ਨੇ ਕਿਹੜਾ ਨਾਲ ਹੈ ਜਾਣਾ, ਬਣਿਆ ਰਹੇ ਜੇ ਆਉਣਾ ਜਾਣਾ। ਚੰਗਾ ਜੀ ਹੁਣ ਮੈਂ ਚੱਲ ਦੱਕੋ ਜੀ, ਤੂੰ ਪੀਤਾ ਖਾਧਾ ਕੱਲ੍ਹ ਦਾ, ਚੰਗਾ ਸਤਿ ਸ਼੍ਰੀ ਅਕਾਲ ਜਨਾਬ, ਬਾਕੀ ਮਗਰੋਂ ਕਰਾਂਗੇ ਸਾਹਿਬ ਜੀ।